ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨ ਲੁਤਰਾ ਅਜਿਹਾ ਫਿਰ ਹਾਜ਼ਰ ਹਾਂ ਤੁਹਾਡੇ ਰੂਬਰੂ ਅ ਬਹੁਤ ਸਾਰੇ ਲੋਕਾਂ ਦੇ ਮਨ 'ਚ ਇੱਕ ਸਵਾਲ ਹੁੰਦਾ ਹੈ ਕਿ ਮੇਰੀ ਟਰੈਵਲ ਹਿਸਟਰੀ ਨਹੀਂ ਹੈਗੀ ਤਾਂ ਮੈਂ ਕੈਨੇਡਾ ਕਿੱਦਾਂ ਜਾਵਾਂਗਾ ਇਸ ਗੱਲ ਨੂੰ ਆਪਾਂ ਆਉਣ ਵਾਲੇ 3-4 ਮਿੰਟ ਦੇ ਵਿੱਚ ਹੀ ਸੌਟ ਆਊਟ ਕਰ ਦੇਣਾ ਹੈ ਮੇਰੇ ਕੋਲ ਬਹੁਤ ਸਾਰੇ ਲੋਕ ਇਦਾਂ ਦੇ ਆਂਦੇ ਨੇ ਜਿਹੜੇ ਬਲਾ ਬਲਾ ਕਈ ਤਰ੍ਹਾਂ ਦੇ ਮੁਲਕਾਂ 'ਚ ਘੁੰਮ ਕੇ ਆਏ ਦੇ ਅਮਰੀਕਾ ਵੀ ਗਏ ਯੂਰਪ ਵੀ ਗਏ ਹੈ ਇੰਗਲੈਂਡ ਵੀ ਗਏ ਹੈ ਹਰ ਜਗ੍ਹਾ ਗਏ ਕਹਿੰਦੇ ਭਾਜੀ ਕੈਨੇਡਾ ਵੀਜ਼ਾ ਪਾਇਆ ਸੀ ਤਾਂ ਵੀਜ਼ਾ ਮੇਰਾ ਕਰਤਾ ਰਿਜੈਕਟ ਹੋਣਾ ਨੇ ਕਾਲਮ ਇਹ ਲਗਾਤਾ ਕਿ ਵੀ ਤੇਰੀ ਟਰੈਵਲ ਹਿਸਟਰੀ ਨਹੀਂ ਹੈਗੀ ਇੱਕ ਪਾਸੇ ਇਦਾਂ ਦਾ ਬੰਦਾ ਆ ਰਿਹਾ ਦੂਸਰੇ ਪਾਸੇ ਇਦਾਂ ਦਾ ਬੰਦਾ ਆ ਰਿਹਾ ਕਿ ਭਾਜੀ ਮੈਂ ਵੀਜ਼ਾ ਪਾਵਾਂ ਜਾਂ ਨਾ ਪਾਵਾਂ ਕੈਨੇਡਾ ਦਾ ਮੇਰਾ ਨਾ ਪਾਸਪੋਰਟ ਫਰੈਸ਼ ਹੈਗਾ ਮੈਂ ਦੁਨੀਆ 'ਚ ਕਦੀ ਕਿਤੇ ਘੁੰਮ ਕੇ ਨਹੀਂ ਆਇਆ ਤੇ ਮੈਂ ਨਾ ਫਲਾਨੇ ਏਜੰਟ ਕੋ ਗਿਆ ਸੀ ਉਹ ਕਹਿੰਦਾ ਤੂੰ ਇਦਾਂ ਕਰ ਤੇਰੀ ਪਾਸਪੋਰਟ ਦੀ ਵੈਲਿਊ ਵਧਾਣੇ ਆ ਪਹਿਲਾਂ ਤੂੰ ਦੁਬਈ ਅਰਬ ਉਰੂਬੀਆਂ ਏਸ਼ੀਆ ਦੇ ਵਿੱਚ ਕਿਤੇ ਘੁੰਮਿਆ ਉਹਦੇ ਨਾਲ ਤੇਰੇ ਪਾਸਪੋਰਟ ਦੀ ਵੈਲਿਊ ਵੱਜ ਜੇਗੀ ਫਿਰ ਤੂੰ ਟਰੈਵਲ ਹਿਸਟਰੀ ਦੇ ਨਾਲ ਕੈਨੇਡਾ ਦਾ ਵੀਜ਼ਾ ਪਾਈ ਇਹ ਸਿਰਫ ਇੱਕ ਮਿਥ ਹੈ ਮਿਥ ਕਿੱਦਾਂ ਕਿਸੇ ਵੀ ਇਦਾਂ ਦੀ ਕੰਟਰੀ ਨੇ ਤੁਹਾਡੀ ट्रैवल ਹਿਸਟਰੀ ਨਹੀਂ ਬਣਾਣੀ ਫਸਟ ਆਫ ਆਲ ਜਿਹੜੀ ਕੰਟਰੀ ਦਾ ਵੀਜ਼ਾ ਤੁਹਾਨੂੰ ਔਨ ਅਰਾਈਵਲ ਹੈ ਅੱਜ ਦੀ ਡੇਟ ਦੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਅਰਬ ਤੇ ਏਸ਼ੀਆ ਦੇ ਵੀਜ਼ੇ ਤੁਹਾਡੇ ਪਾਸਪੋਰਟ ਦੀ ट्रैवल ਹਿਸਟਰੀ ਬਹੁਤ ਸਟਰੋਂਗ ਨਹੀਂ ਬਣਾਉਂਦੇ ਕਿਉਂਕਿ ਇਹ ਵੀਜ਼ੇ ਤੁਹਾਨੂੰ ਤੁਸੀਂ ਪੈਸੇ ਦੇ ਕੇ ਸਵੇਰੇ ਵੀਜ਼ਾ ਫਾਈਲ ਕਰੋ ਅਗਲੇ ਦਿਨ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੁਣ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਇਹ ਚੀਜ਼ ਕਹਿੰਦੀ ਹੈ ਕਿ ਜੇ ਤੁਸੀਂ ਸਾਡੀ ਕੰਟਰੀ ਦਾ ਵੀਜ਼ਾ ਪਾਣਾ ਤਾਂ ट्रैवल ਹਿਸਟਰੀ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਜੋ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਹੈ ਉਹ ਕੀ ਹੈ ਕਿ ਤੁਹਾਡਾ ਜਾਣ ਦਾ ਕਾਰਨ ਸਟਰੋਂਗ ਹੋਵੇ ਤੁਹਾਨੂੰ ਉੱਥੇ ਸਪான்ਸਰ ਕਰਨ ਵਾਲਾ ਬੰਦਾ ਸਟਰੋਂਗ ਹੋਵੇ ਔਰ ਤੁਸੀਂ ਇੰਡੀਆ ਦੀ ਆਪਣੀ ਫਾਈਲ ਚੰਗੀ ਤਰੀਕੇ ਨਾਲ ਲਈ ਹੋਵੇ ਹੁਣ ਇਹਦੇ ਵਿੱਚ ਦੋਸਤੋ ਤੁਹਾਡਾ ਸਵਾਲ ਇਹ ਨਿਕਲੇਗਾ ਕਿ ਭਾਜੀ ਮੈਂ ਪਰਪਸ ਆਫ ਵਿਜ਼ਿਟ ਕਿੱਦਾਂ ਬਣਾਵਾ ਮੇਰੀ ਕੋਈ ਭੈਣ ਨਹੀਂ ਉੱਥੇ ਮੇਰਾ ਕੋਈ ਭਰਾ ਨਹੀਂ ਉੱਥੇ ਜਾਂ ਮੇਰਾ ਜੀ ਚਾਚੇ ਦਾ ਮੁੰਡਾ ਉੱਥੇ ਪੜਦਾ ਹੈ ਜੀ ਵਰਕ ਵੀਜ਼ੇ ਤੇ ਆ ਗਿਆ ਹੋਣਾ ਜਾਂ ਉਹ ਸਟੂਡੈਂਟ ਵੀਜ਼ੇ ਤੇ ਹੈਗਾ ਇਹ ਸਪான்ਸਰ ਦਾ ਨਾ ਕੋਈ ਫਾਇਦਾ ਹੁੰਦਾ ਸੀ ਨਾ ਕੋਈ ਫਾਇਦਾ ਹੁੰਦਾ ਹੈ ਤੁਸੀਂ ਇੱਕ ਚੀਜ਼ ਸੋਚ ਕੇ ਦੇਖਿਓ ਬਹੁਤ ਸਾਰੇ ਬਾਹਰ ਦੇ ਪੰਜਾਬੀ ਏਜੰਟ ਇੱਥੇ ਚੀਜ਼ਾਂ ਵੇਚਦੇ ਨੇ ਜੀ ਕਿ ਵਿਸਾਖੀ ਆ ਗਈ ਤਾਂ ਵਿਸਾਖੀ ਦਾ ਮੇਲਾ ਵੇਚਦਾ ਨਵਾਂ ਸਾਲ ਆ ਗਿਆ ਤਾਂ ਨਵਾਂ ਸਾਲ ਦਾ ਮੇਲਾ ਵੇਚਦਾ ਕੈਨੇਡਾ ਦੇ ਆ ਗਿਆ ਜੀ ਮੈਂ ਕੈਨੇਡਾ ਦੇ ਮਨਾਣ ਜਾਣਾ ਉਹ ਬੰਦਾ ਅੰਬੈਸੀ 'ਚ ਵੀਜ਼ਾ ਕੈਨੇਡਾ ਦੇ ਵਾਸਤੇ ਪਾ ਰਿਹਾ ਜਿੰਨੇ ਆਪਣੇ ਸ਼ਹਿਰ 'ਚ ਕਦੀ ਦੀਵਾਲੀ ਨਹੀਂ ਮਨਾਈ ਹੋਣੀ ਹੈਨਾ ਸੋ ਗੱਲ ਇਹ ਹੈਗੀ ਕਿ ਤੁਹਾਨੂੰ ਸਪੌਂਸਰਰ ਸਟਰੋਂਗ ਚਾਹੀਦਾ ਹੈ ਉਹ ਗੱਲਾਂ ਗਈਆਂ ਕਿ ਜਦੋਂ ਏਜੰਟ ਤੁਹਾਨੂੰ ਬੇਵਕੂਫ ਬਣਾ ਲੈਂਦਾ ਸੀ ਹੋਟਲ ਬੁਕਿੰਗ ਦੇ ਨਾਮ ਦੇ ਉੱਤੇ ਕੋਵਿਡ ਦੀ ਗਾਈਡਲਾਈਨਸ ਕਰਕੇ ਨਾ ਤਾਂ ਹੋਟ ਨਾ ਤੁਸੀਂ ਕਿਸੇ ਥਰਡ ਪਰਸਨ ਦੀ ਸਪான்ਸਰ ਲਾ ਸਕਦੇ ਹੋ ਤੁਹਾਡਾ ਮੋਟਿਵ ਅਗਰ ਕਲੀਅਰ ਹੈਗਾ ਤੁਸੀਂ ਅੰਬੈਸੀ ਮੋਰੇ ਅਗਰ ਆਪਣਾ ਮੋਟਿਵ ਕਲੀਅਰ ਕਰਦੇ ਹੋ ਕਿ ਮੇਰਾ ਮੋਟਿਵ ਹੈਗਾ ਆਈ ਵਾਂਟ ਟੂ ਸੈਟਲ ਇਨ ਕੈਨੇਡਾ ਬਟ ਸੈਟਲਮੈਂਟ ਵਾਸਤੇ ਮੈਂ ਇੰਡੀਆ ਤੋਂ ਆਪਣੀ ਕਾਰਵਾਈ ਉਦੋਂ ਸਟਾਰਟ ਕਰਾਂਗਾ ਜਦੋਂ ਮੈਂ ਇੱਕ ਵਾਰੀ ਕੈਨੇਡਾ ਨੂੰ ਦੇਖ ਲਵਾਂਗਾ ਹੁਣ ਦੇਖਣ ਵਾਸਤੇ ਮੈਂ ਕੀ ਕਰਨ ਜਾ ਰਿਹਾ ਤੁਹਾਡਾ ਹੱਥ ਫੜ ਕੇ ਜੇ ਕੋਈ ਬੰਦਾ ਉਥੇ ਸਾਥ ਦੇਣ ਨੂੰ ਤਿਆਰ ਹੈ ਤੁਹਾਡਾ 에어ਪੋਰਟ ਪਿਕਅਪ ਤੋਂ ਲੈ ਕੇ ਤੁਸੀਂ ਜਦੋਂ ਮਨ ਲਓ ਤੁਸੀਂ 에어ਪੋਰਟ ਤੋਂ ਉਤਰੇ ਹੋ ਜਿੱਦਾਂ ਹੀ ਕੰਟਰੀ ਇਨ ਕੀਤਾ ਤੁਸੀਂ 게이트 ਤੋਂ ਬਾਹਰ ਨਿਕਲੇ ਕੰਟਰੀ ਦੇ ਵਿੱਚ ਪਹੁੰਚੇ ਹੋ ਉੱਥੋਂ ਤੁਹਾਨੂੰ ਜਦੋਂ ਤੱਕ ਕੋਈ ਬੰਦਾ ਚੱਕਰ ਵਾਲਾ ਨਹੀਂ ਹੈਗਾ ਕੋਈ ਕੰਪਨੀ ਇਦਾਂ ਦੀ ਨਹੀਂ ਹੈਗੀ ਜਿਹੜੀ ਤੁਹਾਡੀ ਗਾਰੰਟੀ ਚੱਕਦੀ ਪਈ ਹੈ ਔਰ ਜਿਹੜੀ ਤੁਹਾਡਾ 2 ਮਹੀਨੇ ਦਾ ਜਾਂ 1 ਮਹੀਨੇ ਦਾ ਜਿਹੜਾ ਪਲਾਨ ਹੈ ਉਹਨੂੰ ਸਿਕਿਉਰਲੀ ਪੂਰਾ ਕਰਾਉਣ ਤੋਂ ਬਾਅਦ ਤੁਹਾਨੂੰ ਵਾਪਸ ਫਲਾਈਟ 'ਚ ਬਿਠਾਉਂਦੀ ਹੈ ਜੋ ਤੱਕ ਇਦਾਂ ਦੀ ਸਟਰੌਂਗ ਡਾਕੂਮੈਂਟੇਸ਼ਨ ਨਹੀਂ ਲੱਗੇਗੀ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਔਰ ਇਹ ਡਾਕੂਮੈਂਟੇਸ਼ਨ ਕਿੱਦਾਂ ਮਿਲਦੀ ਹੈ ਕਿੰਨੂੰ ਮਿਲੇਗੀ ਕੀ ਪੈਰਾਮੀਟਰਸ ਨੇ ਇਹ ਜਾਣਨ ਵਾਸਤੇ ਤੁਹਾਨੂੰ ਪ ਦਫਤਰ ਆਉਂਗੇ ਆ ਕੇ ਅਸੈਸਮੈਂਟ ਕਰਾਂਗੇ ਵੀਡੀਓ ਇਸ ਤਰ੍ਹਾਂ ਨਾ ਬਣਾਈ ਦੀਏ ਕਿ ਲੋਕ ਇੱਕ ਵਾਰੀ ਪੁਆਇੰਟ ਛੋਟੇ ਛੋਟੇ ਪੁਆਇੰਟਾਂ ਨਾਲ ਸੁਚੇਤ ਹੋ ਜਾਣ ਮੇਰਾ ਮੋਟਿਵ ਇਹ ਹੈਗਾ ਕਿ ਰੈਦਰ ਦੈਨ 100 ਬੰਦਾ ਮੈਂ ক্লোਜ਼ ਕਰਾਂ ਇਹ ਨਹੀਂ ਮੋਟਿਵ ਮੋਟਿਵ ਇਹ ਹੈਗਾ ਕਿ ਇੱਕ ਬੰਦਾ ਵੀ ਕਿਸੇ ਹੋਰ ਕੰਸਲਟੈਂਟ ਕੋਲ ਲੱਖ ਰੁਪਈਆ ਖਰਾਬ ਕਰਨ ਤੋਂ ਵੱਜ ਜਵੇ ਹੈਨਾ ਸੋ ਤੁਸੀਂ ਫ੍ਰੀ ਆਫ ਕਾਸਟ ਕਾਉਂਸਲਿੰਗ ਲੈਣੀ ਹੈ ਜੈਨੂਇਨ ਗਾਈਡੈਂਸ ਮੈਂ ਏਜੰਟ ਨਹੀਂ ਆ ਮੈਨੂੰ ਏਜੰਟ ਨਾ ਸਮਝੋ ਕਿ ਲੋਕੀ ਕਹਿੰਦੇ ਕਿ ਏਜੰਟ ਦੀ ਵੀਡੀਓ ਦੇਖੀ ਸੀ ਉਹਨੂੰ ਮਿਲਣ ਜਾਣਾ ਮੈਂ ਕੰਸਲਟੈਂਟ ਆ ਮੈਂ ਤੁਹਾਨੂੰ ਕੰਸਲਟੈਂਸੀ ਦੇ ਅਕੋਰਡਿੰਗ ਇਹ ਸਲਾਹ ਦੇਣੀ ਹੈ ਕਿ ਤੁਹਾਡੇ ਵਾਸਤੇ ਫਿਊਚਰ 'ਚ ਕਿਹੜੀ ਚੀਜ਼ ਬਣੀ ਹੈ ਸੋ ਜੇ ਤੁਸੀਂ ਇੱਕ ਚੰਗੀ ਸਲਾਹ ਚਾਹੁੰਦੇ ਹੋ ਚਾਹੇ ਜਿਫਿਊਜ਼ ਹੋ ਚਾਹੇ ਫਰੈਸ਼ ਪਾਸਪੋਰਟ ਹੈ ਡਸਨਟ ਮੈਟਰ ਆਪਣੇ ਮਾਈਂਡ 'ਚੋਂ ਸਾਰੇ ਕੁਐਸਚਨਸ ਕੱਢ ਦੋ ਔਰ ਜੇ ਬਹੁਤ سارے ਕੁਐਸਚਨਸ ਹੈ ਕੁਐਸਚਨਸ ਲਿਖ ਕੇ ਮੇਰੇ ਕੋਲ ਦਫ਼ਤਰ ਲੈ ਕੇ ਆਓ ਚਾਹੇ ਆਪਾਂ 10 ਮਿੰਟ ਬੈਠੀਏ ਚਾਹੇ ਅੱਧਾ ਘੰਟਾ ਬੈਠੀਏ ਪੌੜੀਆਂ ਚੜਦੇ ਹੋਏ ਗੱਲ ਹੋਰ ਹੋएगी ਜਦੋਂ ਪੌੜੀਆਂ ਉਤਰੂੰਗਾ ਇੱਕ ਇੱਕ ਡਾਊਟ ਤੁਹਾਡਾ ਕਲੀਅਰ ਹੋਏ ਨਾਲੇ ਮੈਂ ਹਰ ਇੱਕ ਬੰਦੇ ਦਾ ਬਹੁਤ ਧੰਨਵਾਦ ਦਿਆਂ ਜਿਹੜੇ ਸਾਡੇ ਪੇਜ ਤੇ ਸਾਡੇ ਨਾਲ ਜੁੜੇ ਹੋਏ ਨੇ ਇਹਦੇ ਨਾਲ ਹੀ ਮੈਂ ਇਸ ਵੀਡੀਓ ਦਾ ਐਂਡ ਕਰਦਾ ਬਹੁਤ ਬਹੁਤ ਧੰਨਵਾਦ